ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਸਿੰਘ ਢਕਵਾਲ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਮਾਸਟਰ ਕਲਾਟਰ ਪੰਜਾਬੀ ਸਮਾਜਿਕ ਸਿੱਖਿਆ ਅਤੇ ਲੈਕਚਰਾਰ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ ਜਿੰਨਾ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵਿਦਿਆਪਕ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਸਪੈਸ਼ਲ ਟੈਸਟ ਸੀਰੀਜ਼ ਨੰਬਰ 11 ਜਿਸ ਦੇ ਵਿੱਚ ਅਸੀਂ ਸਿਲੇਕਟ ਕੀਤੇ ਹਨ ਬਹੁਤ ਹੀ ਮਹੱਤਵਪੂਰਨ 30 ਪ੍ਰਸ਼ਨ ਜੋ ਆਮ ਤੌਰ ਤੇ ਐਗਜ਼ਾਮ ਦੇ ਵਿੱਚ ਆ ਰਹੇ ਹਨ ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ ਜੇਕਰ ਕਿਸੇ ਵੀ ਸਾਥੀ ਨੇ ਇਸ ਟੈਸਟ ਦੀ ਪੀਡੀਐਫ ਜਾਂ ਸਾਡੇ ਵਟਸਐਪ ਗਰੁੱਪ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਰੋਜ਼ਾਨਾ ਕਲਾਸ ਲਗਾਉਣੀ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800 ਸੋ ਵਿਣਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹੇਠ ਲਿਖਿਆਂ ਵਿੱਚੋਂ ਕਿਸ ਚੀਨੀ ਯਾਤਰੀ ਨੇ ਭਾਰਤ ਵਿੱਚ ਗੁਪਤ ਰਾਜਾਂ ਦੇ ਬਾਰੇ ਜਾਣਕਾਰੀ ਦਿੱਤੀ ਹਿਉਨਸਾਂ ਫਾਇਨ ਈਵਨ ਬਤੂਤਾ ਤੇ ਕਾਲੀਦਾਸ ਸੋ ਰਾਈਟ ਆਨਸਰ ਹੈ ਜੀ ਫਾਇਨ ਨੈਕਸਟ ਕਰਾਂਗੇ ਜੀ ਪਹਿਲਾ ਗੁਪਤ ਰਾਜਾ ਕੌਣ ਸੀ ਸ੍ਰੀ ਗੁਪਤ ਚੰਦਰ ਗੁਪਤ ਸਿਕੰਦ ਗੁਪਤ ਵਿਕਰਮ ਗੁਪਤ ਪਹਿਲਾ ਗੁਪਤ ਰਾਜਾ ਸੀ ਸ੍ਰੀ ਗੁਪਤ ਗੁਪਤ ਸਾਮਰਾਜ ਦਾ ਅੰਤਿਮ ਰਾਜਾ ਕੌਣ ਸੀ ਵਿਨੇ ਗੁਪਤ ਵਿਸ਼ਨੂ ਗੁਪਤ ਕੁਮਾਰ ਗੁਪਤ ਤੀਜਾ ਬ੍ਰਹਮ ਗੁਪਤਾ ਸੋ ਅੰਤਿਮ ਰਾਜਾ ਸੀ ਜੀ ਵਿਸ਼ਨੂ ਗੁਪਤ ਕਿਸ ਗੁਪਤ ਸਮਰਾਟ ਨੇ ਆਪਣਾ ਨਾਮ ਕਵੀ ਰਾਜ ਰੱਖਿਆ ਸ੍ਰੀ ਗੁਪਤ ਨੇ ਕੁਮਾਰ ਗੁਪਤ ਦੂਜਾ ਸਮੁੰਦਰ ਗੁਪਤ ਬ੍ਰਹਮ ਗੁਪਤ ਕਿਸ ਨੇ ਰੱਖਿਆ ਸੀ ਜੀ ਸਮੁੰਦਰ ਗੁਪਤ ਨੇ ਸਮੁੰਦਰ ਗੁਪਤ ਨੇ ਆਪਣਾ ਨਾਮ ਕਵੀ ਰਾਜ ਰੱਖਿਆ ਸੀ ਪ੍ਰਸਿੱਧ ਕਵੀ ਕਾਲੀਦਾਸ ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਚੰਦਰ ਗੁਪਤ ਪਹਿਲੇ ਦੇ ਚੰਦਰ ਗੁਪਤ ਦੂਸਰੇ ਦੇ ਹਰਸ਼ਵਰਧਨ ਦੇ ਸ੍ਰੀ ਗੁਪਤ ਦੇ ਸੋ ਕਾਲੀਦਾਸ ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਚੰਦਰ ਗੁਪਤ ਦੂਸਰੇ ਦੇ ਭਾਰਤ ਦਾ ਨੇਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਸਿਕੰਦ ਗੁਪਤ ਸ੍ਰੀ ਗੁਪਤ ਚੰਦਰ ਗੁਪਤ ਸਮੁੰਦਰ ਗੁਪਤ ਕਿਸ ਨੂੰ ਕਿਹਾ ਜਾਂਦਾ ਜੀ ਸਮੁੰਦਰ ਗੁਪਤ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਸਕਵਜੇਤਾ ਕਿਸ ਨੂੰ ਕਿਹਾ ਜਾਂਦਾ ਹੈ ਚੰਦਰਗੁਪਤ ਪਹਿਲਾ ਚੰਦਰਗੁਪਤ ਦੂਜਾ ਸਿਕੰਦਗੁਪਤ ਸਿਕੰਦਰਗੁਪਤ ਸਕਵਜੇਤਾ ਕਿਸ ਨੂੰ ਕਿਹਾ ਜਾਂਦਾ ਹੈ ਜੀ ਉਹ ਕਿਹਾ ਜਾਂਦਾ ਹੈ ਚੰਦਰਗੁਪਤ ਦੂਜੇ ਨੂੰ ਹਰਸ਼ ਚరిత్ర ਦੇ ਲੇਖਕ ਕੌਣ ਹਨ ਕਾਲੀਦਾਸ ਅਬੁਲ ਫਜ਼ਲ ਹਿਉਨਸੰਗ ਬਾਣਪੱਟ ਹਰਿਸ਼ ਚరిత్ర ਦੇ ਰਚੇਤਾ ਨੇ ਜੀ ਬਾਣਪੱਟ ਰਾਈਟ ਹੈ ਬਾਣਪਟ ਕਿਸ ਦੇ ਕਾਰਜਕਾਲ ਵਿੱਚ ਹਿਊ ਸੰਗ ਨੇ ਚਾਲੂ ਗਿਆ ਰਾਜ ਦਾ ਦੌਰਾ ਕੀਤਾ ਚੰਦਰਗੁਪਤ ਪਹਿਲਾ ਦੇ ਕਾਰਜਕਾਲ ਵਿੱਚ ਚੰਦਰਗੁਪਤ ਦੂਸਰੇ ਦੇ ਕਾਰਜਕਾਲ ਵਿੱਚ ਸ੍ਰੀ ਗੁਪਤ ਦੇ ਕਾਰਜਕਾਲ ਵਿੱਚ ਪੁਲਕੇਸ਼ਨ ਦੂਸਰੇ ਦੇ ਕਾਰਜਕਾਲ ਵਿੱਚ ਜੋ ਕਿਸ ਦੇ ਰਾਜ ਵਿੱਚ ਕੀਤਾ ਸੀ ਪੁਲਕੇਸ਼ਨ ਦੂਸਰੇ ਦੇ ਰਾਜ ਵਿੱਚ ਮਿਨਾਂ ਸਾੰਗ ਨੇ ਚਾਲੁਕਿਆ ਰਾਜ ਦਾ ਦੌਰਾ ਕੀਤਾ ਸੀ ਹਰਸ਼ਵਰਧਨ ਦੀ ਸ਼ੁਰੂਆਤੀ ਰਾਜਧਾਨੀ ਕਿਹੜੀ ਸੀ ਕਨੌਜ ਵਿਸਾਲੀ ਥਾਨੇਸ਼ਵਰ ਪਾਟਲੀਪੁੱਤਰ ਸੋ ਰਾਈਟ ਹੈ ਜੀ ਥਾਨੇਸ਼ਵਰ ਥਾਨੇਸ਼ਵਰ ਦੇ ਵਰਧਨ ਵੰਸ਼ ਦਾ ਸੰਸਥਾਪਕ ਕੌਣ ਸੀ ਰਾਜਵਰਧਨ ਹਰਸ਼ਵਰਧਨ ਪੁਸ਼ਯਪੂਤੀ ਵਲਵਰਧਨ ਸੋ ਥਾਨੇਸ਼ਵਰ ਦੇ ਵਰਦਨ ਵੰਸ਼ ਦਾ ਸੰਸਥਾਪਕ ਸੀ ਪੁਸ਼ਯਾ ਪੂਤੇ ਯਾਤਰਾਮਾਂ ਦਾ ਰਾਜਕੁਮਾਰ ਕਿਸ ਨੂੰ ਕਿਹਾ ਜਾਂਦਾ ਹੈ ਫਾਈਆਂ ਨੂੰ ਹਿਉਨਸਾਂਗ ਨੂੰ ਈਵਨ ਬਤੂਤਾ ਨੂੰ ਕਾਲੀਦਾਸ ਨੂੰ ਯਾਤਰਾਮਾਂ ਦਾ ਪ੍ਰਿੰਸ ਕਿਸ ਨੂੰ ਕਿਹਾ ਜਾਂਦਾ ਹੈ ਜੀ ਹਿਉਨਸਾਂਗ ਨੂੰ ਹਰਸ਼ਵਰਧਨ ਦੀ ਮੌਤ ਕਦੋਂ ਹੋਈ 645 ਈਸਵੀ ਦੇ ਵਿੱਚ 643 ਈਸਵੀ ਦੇ ਵਿੱਚ 647 650 ਈਸਵੀ ਦੇ ਵਿੱਚ ਹਰਸ਼ਵਰਧਨ ਦੀ ਮੌਤ ਹੋਈ ਸੀ 647 ਈਸਵੀ ਦੇ ਵਿੱਚ ਮਹਿਰੋਲੀ ਦਾ ਲੋਹ ਸਤੰਭ ਕਿਸ ਰਾਜਵੰਸ਼ ਦੌਰਾਨ ਬਣਾਇਆ ਗਿਆ ਲੋਧੀ ਵੰਸ਼ ਸਮੇ ਪੱਲਵ ਵੰਸ਼ ਸਮੇ ਕੁਸਾਨ ਵੰਸ਼ ਸਮੇ ਗੁਪਤ ਵੰਸ਼ ਸਮੇ ਤੋਂ ਮਹਿਰੋਲੀ ਦਾ ਲੋਹ ਸਤੰਭ ਵਾਂਸ ਦੇ ਸਮੇਂ ਬਣਾਇਆ ਗਿਆ ਸੀ ਗੁਪਤ ਵਾਂਸ ਦੇ ਸਮੇਂ ਚੀਨੀ ਯਾਤਰੀ ਹਿਊਨ ਸੰਗ ਨੇ ਕਿਸ ਵਿਸ਼ਵ ਵਿਦਿਆਲਿਆ ਦਾ ਅਧਿਐਨ ਕੀਤਾ ਤਕਸ਼ਲਾ ਵਿਕਰਮਸ਼ਿਲਾ ਨਾਲੰਦਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਰਾਈਟ ਹੈ ਨਾਲੰਦਾ ਸੇਨ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਸ਼ਾਮੰਤ ਸੇਨ विक्रमसेन विशालसेन कुमारसेन सो सेन वंश ਦਾ ਸੰਸਥਾਪਕ ਸੀ सामंतसेन ਕਿਸ ਪਾਲ ਰਾਜੇ ਨੇ ਬੁੱਧਾਂ ਦੇ ਲਈ ਪ੍ਰਸਿੱਧ ਵਿਕਰਮਸ਼ੀਲ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ गोपाल धर्मपाल राजपाल जयपाल ਰਾਈਟ ਆਨਸਰ धर्मपाल ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਇਸ ਤੋਂ ਇਲਾਵਾ ਤੁਸੀਂ ਸਾਡੇ WhatsApp ਗਰੁੱਪ ਅਤੇ Telegram ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਅਤੇ ਰੋਜ਼ਾਨਾ ਟੈਸਟ ਪ੍ਰਾਪਤ ਕਰ ਸਕਦੇ ਹੋ ਸ਼ਾਮਲ ਹੋਣ ਦੇ ਲਈ ਸਾਨੂੰ ਮੈਸੇਜ ਕਰ ਦਿਓ 971500 8800 ਪੂਰੀ ਵਿਚ ਰੱਥ ਯਾਤਰਾ ਕਿਸ ਦੇ ਸਨਮਾਨ ਵਿੱਚ ਆਯੋਜਿਤ ਕੀਤੀ ਜਾਂਦੀ ਸੀ ਭਗਵਾਨ ਵਿਸ਼ਨੂੰ ਭਗਵਾਨ ਜਗਨਨਾਥ ਭਗਵਾਨ ਪਾਰਸ਼ਵਨਾਥ ਭਗਵਾਨ ਰਿਸ਼ਵਦੀਪ ਰਾਈਟ ਹੈ ਜੀ ਭਗਵਾਨ ਜਗਨਨਾਥ ਤਰਾਇਨ ਦੇ ਪਹਿਲੇ ਯੁੱਧ ਵਿੱਚ ਕਿਸ ਨੂੰ ਪ੍ਰਥਵੀ ਰਾਜ ਚੋਹਾਨ ਨੇ ਹਰਾਇਆ ਸੀ ਮੁਹੰਮਦ ਗੋਰੀ ਨੂੰ ਮਹਿਮੂਦ ਗਜਨਵੀ ਨੂੰ ਹਿਮਾਯੂ ਨੂੰ ਹੇਮੂ ਨੂੰ ਸੋ ਰਾਈਟ ਆਨਸਰ ਹੈ ਜੀ ਮੁਹੰਮਦ ਗੋਰੀ ਨੂੰ ਤਰੈਨ ਦੇ ਦੋ ਜੁੱਦੂ ਹੋਏ ਨੇ ਜੀ 1191 ਤੇ 92 ਪਹਿਲੇ ਜੁੱਧ ਦੇ ਵਿੱਚ ਪ੍ਰithvi ਰਾਜ ਚੋਹਾਨ ਦੀ ਜਿੱਤ ਹੋਈ ਸੀ ਤੇ ਮੁਹੰਮਦ ਗੋਰੀ ਦੀ ਹਾਰ ਦੂਸਰੇ ਜੁੱਧ ਵਿੱਚ ਮੁਹੰਮਦ ਗੋਰੀ ਦੀ ਜਿੱਤ ਹੋਈ ਸੀ ਤੇ ਪ੍ਰithvi ਰਾਜ ਚੋਹਾਨ ਦੀ ਹਾਰ ਕੋਨਾਰਕ ਦੇ ਪ੍ਰਸਿੱਧ ਸੂਰਜ ਮੰਦਿਰ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਹਰਸ਼ਵਰਧਨ ਨੇ ਪੁਲਕੇਸ਼ਨ ਪਹਿਲੇ ਨੇ ਨਰਸੀਮਾਨੀ ਵਿਸ਼ਨੂ ਗੁਫਤ ਨੇ ਕਿਸ ਨੇ ਕਰਵਾਇਆ ਸੀ ਜੀ ਨਿਰਮਾਨ ਨਰਸੀਮਾਨੀ ਪਾਲ ਸਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ ਗੋਪਾਲ ਜੈਪਾਲ ਧਰਮਪਾਲ ਵਿਜੇਪਾਲ ਕਿਸ ਨੇ ਕਰਵਾਇਆ ਸੀ ਜੀ ਰਾਈਟ ਆਨਸਰ ਹੈ ਗੋਪਾਲ ਖੁਜਰਾਹੋ ਦਾ ਮੰਦਿਰ ਕਿਸ ਵੰਸ਼ ਨੇ ਬਣਵਾਇਆ सामंत वंश ने सेन वंश ने चंदेल वंश ने कन्नव वंश ने राइट आंसर है जी चंदेल वंश ने आबू ਦਾ ਜੈਨ ਮੰਦਿਰ ਕਿੰਨਾ ਪੱਥਰਾ ਨਾਲ ਬਣਿਆ ਹੋਇਆ ਹੈ ਸੰਗਮਰਮਰ ਲਾਲ ਬਲੂਏ ਪੱਥਰ ਦਾ ਚੂਨੇ ਦਾ ਗ੍ਰੇਨਾਈਟ ਕਿਸ ਦਾ ਬਣਿਆ ਹੋਇਆ ਹੈ ਜੀ ਸੰਗਮਰਮਰ ਦਾ ਬਦਾਮੀ ਦੇ ਚਾਲੂਕਿਆ ਦਾ ਸੰਸਤਾਪਕ ਕੌਣ ਸੀ ਕੀਰਤੀ ਵਰਮਨ ਪਹਿਲਾ ਪੁਲਕੇਸ਼ਨ ਪਹਿਲਾ ਵਿਕਰਮਦਿੱਤਿਆ ਪਹਿਲਾ ਵਿਜੇਦਿੱਤਿਆ ਸੋ ਕੌਣ ਸੀ ਸੰਸਤਾਪਕ ਪੁਲਕੇਸ਼ਨ ਪਹਿਲਾ ਵਾਸਕੋਡੀ ਗਾਮਾ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਸ ਬੰਦਰਗਾਹ ਦਾ ਦੌਰਾ ਕੀਤਾ ਕਾਲੀਕਟ ਬੰਦਰਗਾਹ ਕੋਚੀਨ ਗੋਆ ਸੂਰਤ ਕਿਸ ਬੰਦਰਗਾਹ ਦਾ ਕੀਤਾ ਸੀ ਜੀ ਕਾਲੀਕਟ ਬੰਦਰਗਾਹ ਦਾ 1498 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਬਿਲੀਅਮ ਕੰਪਨੀ ਲਾਰਡ ਕੰਪਨੀ ਜਾਨ ਕੰਪਨੀ ਲਾਰੈਂਸ ਕੰਪਨੀ ਰਾਈਟ ਹੈ ਜੀ ਜਾਨ ਕੰਪਨੀ ਸਭ ਤੋਂ ਪਹਿਲਾਂ ਭਾਰਤ ਦੇ ਨਾਲ ਵਪਾਰਕ ਸੰਬੰਧ ਕਿਸ ਨੇ ਸਥਾਪਿਤ ਕੀਤੇ ਪੁਰਤਗਾਲੀਆਂ ਨੇ ਦੱਚਾ ਨੇ ਫਰਾਂਸੀਸੀਆ ਨੇ ਅੰਗਰੇਜ਼ਾਂ ਨੇ ਸੋ ਸਭ ਤੋਂ ਪਹਿਲਾਂ ਭਾਰਤ ਨਾਲ ਵਪਾਰਕ ਸੰਬੰਧ ਪੁਰਤਗਾਲੀਆਂ ਨੇ ਸਥਾਪਿਤ ਕੀਤੇ ਸੀ ਜੀ ਭਾਰਤ ਵਿੱਚ ਪਹਿਲੀ ਫ੍ਰੈਂਚ ਫੈਕਟਰੀ ਕਿੱਥੇ ਸਥਾਪਿਤ ਕੀਤੀ ਗਈ ਗੋਆ ਕੋਚੀਨ ਗੁਜਰਾਤ ਸੂਰਤ ਰਾਈਟ ਹੈ ਸੂਰਤ ਕਿਸ ਮੁਗਲ ਸਮਰਾਟ ਨੇ ਕਾਲ ਵਿੱਚ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਕਾਰਖਾਨਾ ਸਥਾਪਿਤ ਕੀਤਾ ਅਕਬਰ, ਜਹਾਂਗੀਰ, ਹਿਮਾਯੂ, ਬਾਬਰ ਰਾਈਟ ਆਨਸਰ ਜਹਾਂਗੀਰ ਬੰਗਾਲ ਵਿੱਚ ਹੀਟ ਲਿਖਿਆਂ ਵਿੱਚੋਂ ਕਿਹੜਾ ਕਾਰਖਾਨਾ ਡੱਚਾਂ ਨੇ ਸਥਾਪਿਤ ਕੀਤਾ? ਚਿੰਸੁਰਾ, ਬੁੰਦੇਲ, ਹੁਗਲੀ, ਸ੍ਰੀ ਰਾਮਪੁਰਾ ਰਾਈਟ ਹੈ ਜੀ ਜਿੰਸੁਰਾ ਸੋ ਏਸੀ ਅੱਜ ਦੀ ਵੀਡੀਓ ਦੇ ਨਾਲ ਸੰਬੰਧੀ ਮਹੱਤਵਪੂਰਨ ਪ੍ਰਸ਼ਨ ਜੋ ਆਮ ਤੌਰ ਤੇ ਹਰ ਇੱਕ ਐਗਜ਼ਾਮ ਦੇ ਵਿੱਚ ਆ ਰਹੇ ਹਨ ਤੇ ਜਿਨ੍ਹਾਂ ਦੀ ਅੱਗੇ ਆਉਣ ਦੀ ਸੰਭਾਵਨਾ ਬੜੀ ਉਹੀ ਹੈ ਸੋ ਉਮੀਦ ਹੈ ਕਿ ਵੀਡੀਓ ਆਪ ਸਭ ਦੇ ਲਈ ਬਹੁਤ ਫਾਇਦੇਮੰਦ ਹੋਏਗੀ ਇਸ ਤਰ੍ਹਾਂ ਦੇ ਵੀਡੀਓਜ਼ ਹਰ ਰੋਜ਼ ਵੇਖਣ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਗਰ ਕੋਈ ਸਾਥੀ ਇਸ ਟੈਸਟ ਦੀ ਪੀਡੀਐਫ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800 ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ